ਏ ਆਕਾਸ਼ਵਾਨੀ ਜਮੂਆ ਬੜਲੇ ਖਬਰੇ ਚ ਤੁੰਦਾ ਸਵਾਗਤ ਪਹਿਲੇ ਖਾਸ ਖਬਰੇ ਕਨੇ ਮੈਂ ਪੂਨਮ ਡੋਗਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਅੱਜ ਨਿਊਯਾਰਕ ਚ ਸੰਯੁਕਤ ਰਾਸ਼ਟਰ ਮਹਾਸਭਾਗੇ ਸੰਬੋਧਿਤ ਕਰਨਗਾਨਾ ਸ਼੍ਰੀ ਯਮਨਾਥ ਜੀ ਸ਼੍ਰਾਇਡ ਬੋਰਡ ਇਸ ਬਰੇ ਦੀ ਯਾਤਰਾ ਲਈ ਪੰਜੀਕ੍ਰਿਤ ਯਾਤਰੀਆਂ ਦੀ ਪੰਜੀਕਰਨ ਫੀਸ ਵਾਪਸ ਕਰ ਰਗੋ ਸ਼ਰਦਾਲੂ ਆਪਣੀ ਯਾਤਰਾ ਪਰਚੀ ਕੀ ਅਗਲੇ ਬਰੇ ਦੀ ਯਾਤਰਾ ਲਈ ਵੀ ਇਸਤੇਮਾਲ ਕਰਿ ਸਕਗਾਨਾ केंद्रीय मंत्री पशुपति कुमार पारसोरे आखया जे सरकार राजपुंजी बढ़ाने ਲਈ জম্মੂ کشمیر ਚ ਲੋਕ ਕੇ ਫੂਡ پارک ਸਥਾਪਿਤ ਕਰਨੇ ਦੀ ਸੰਭਾਵਨਾ ਇਹਦਾ ਪਤਾ ਲਾ ਕਰ ਦਿਆ ਹੈ। केंद्रीय सूचना ਤੇ ਪ੍ਰਸਾਰਣ ਮੰਤਰੀ अनुराग ठाकुरੋ ਰਾਜ ਕਰਗਿਲ ਚ ਹਮ ਬਾਟਿੰਗਲਾਥਰ ਦੁਨੀਆ ਦੇ ਸਭਨੇ ਸ਼ਾ ਉੱਚੇ ਰੇਡੀਓ ਸਟੇਸ਼ਨ ਦੇ ਆਈ ਪਾਵਰ ਟਰਾਂਸਮਿਟਰ ਦੇ ਦਾ ਉਦਘਾਟਨ ਕਰਗਨ। ਖਬਰੇ ਦੀ ਤਫਸੀਲ ਸ਼ਾ ਪਹਿਲੇ ਇੱਕ ਸਨਿਆ ਰਾਸ਼ਟਰ ਨੇ 18 ਬਰੇ ਕੁਲਾਮਤੀ ਬਰੇ ਸੁਦੇ ਲੋਕੇ ਗਿਤੇ 21 ਜੂਨ 2021 ਤਮ ਸਰਕਾਰੀ ਕੇਂਦਰਾਂ ਚ ਮੁਫਤ ਕੋਵਿਡ-19 ਟੀਕਾਕਨ ਅਭਿਆਨ ਚ ਤੇਜ਼ੀ ਲਈ ਆਂਦੀ ਹੈ ਅਸ ਯੁਵਾ ਸ਼ਰੋਤਾਏਂ ਕੀ ਸਲਾਹ ਦਿੰਨੇ ਆ ਜੋ ਟੀਕਾ ਲਵਾਈ ਲੈਣ ਸਾਡੇ ਸ਼ਰੋਤਾਏਂ ਕੀ ਇਬੀ ਸਲਾਹ ਦਿੱਤੀ ਜਾਂਦੀ ਹੈ ਜੋ ਸੁਰੱਖਿਆ ਉਪਾਏ ਚ ਕਮੀ ਨਹੀਂ ਕਰਨ ਕੀਜੀਏ ਕੋਵਿਡ-19 ਦਾ ਸਾਡੇ ਜਿੰਦੂ ਉਪਰ ਖਤਰਾ ਅਜੇ ਵੀ ਬਨੇ ਰਹਾ ਮਿਹਰਬਾਨੀ ਕਰੀਏ ਜੇਕਰ ਬਾਤ ਜਾ ਰਹਾ ਅਤ ਜ਼ਰੂਰੀ ਨਹੀਂ ਹੋਵੇ ਤੇ ਕਾਰਗੇ ਰਵੋ ਤੇ ਚਾਰ ਸਖਲੇ ਉਪਾਅ ਜਾਰੀ ਰੱਖੋ ਮੂੰਹ 'ਤੇ ਮਾਸਕ ਪਾਓ ਸਮਾਜੀ ਚਿੰਡੇ ਕੀਤੇ 2 ਗਜ ਦੀ ਦੂਰੀ ਰੱਖੋ ਆਤਮੇ ਮੂੰਹੇ ਕੀ ਸਾਫ ਸੁਥਰਾ ਰੱਖਣੇ ਪਰ ਮੁਖਤਿਆਰ ਦਿਓ ਤੇ ਕੋਵਿਡ ਥਮਾ ਬਚਾ ਅਲਾ ਟੀਕਾ ਲਵਾਈ ਲਾਓ ਕੋਵਿਡ ਮੁਤਲਕ ਕੁਸਤ ਜਾਣਕਾਰੀ ਤੇ ਮਾਰਗਦਰਸ਼ਨ ਕੀਤੇ ਤੁਸ ਰਾਸ਼ਟਰੀ ਹੈਲਪਲਾਈਨ ਨੰਬਰੇ ਉਪਰ ਸੰਪਰਕ ਕਰ ਸਕਦੇ ਹੋ ਨੰਬਰ ਨ 01123978046 ਤੇ 1075 ਤੇ ਔਨ ਖਬਰੇ ਦੀ ਤਫਸੀਲ ਕਰਨੇ ਵਿਜੇ ਬਜਾਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ اجلاس ਦੀ ਸੰਬੋਧਿਤ ਕਰਨੀਅਸਤੇ ਨਿਊਯਾਰਕ ਪੂਜੀਕੇ ਦਿਨ ਇਹ ਦਿਸ਼ਾ ਪਹਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਉਰੇ ਵਾਈਟ ਹਾਊਸ ਦੇ ਓਵਲ ਆਫਿਸ ਚ ਮੁਲਾਕਾਤ ਕੀਤੀ ਦੋਨੋਂ ਨੇਤਾਇਆਂ ਕੋਵਿਡ ਮਹਾਮਾਰੀ ਤੇ ਜਲਵਾਯੂ ਪਰਿਵਰਤਨ ਖਿਲਾਫ ਲੜਾਈ ਚ ਇੱਕ ਨਵਾਂ ਤਿਆ ਲਿਖਨੇ ਤੇ ਭਾਰਤ ਪ੍ਰਸ਼ਾਂਤ ਖਿੱਤੇ ਚ ਸਥਿਰਤਾ ਯਕੀਨੀ ਬਣਾਉਣੇ ਦਾ ਅਹਿਵਾਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਰਿਹਾ ਕਿ ਜੇ ਕੁਆਡ ਵਿਸ਼ਵਿਕ ਭਲਾਈ ਬੇਤਰੀ ਵਾਲਾ ਇੱਕ ਬਲ ਹੈ ਤੇ ਕੁਆਡ ਨੇਤਾਈ ਦੇ ਕੰਨੇ ਉਹਦੀ ਚਰਚਾ ਬੜੀ ਵਿਆਪਕ ਤੇ ਨਤੀਜਾਕੁਨ ਰਹੀ ਹੈ ਵਾਸ਼ਿੰਗਟਨ ਚ ਕੁਆਡ ਸ਼ਿਖਰ ਸੰਮੇਲਨ ਚ ਆਪਣੇ ਸ਼ੁਰੂਆਤੀ ਭਾਸ਼ਣ ਚ ਸ਼੍ਰੀ ਮੋਦੀ ਉਹ ਰਿਹਾ ਕਿ ਜੇ 2004 ਵਾਲੀ ਸੁਨਾਮੀ ਦੇ ਮਗਰਾਂ ਭਾਰਤ ਪ੍ਰਸ਼ਾਂਤ ਖਿੱਤੇ ਦੀ ਮਦਦ ਹਸਤੇ ਚਾਹੂ ਮੁਲਕ ਪਹਿਲੀ ਵਾਰੀ ਮਿਲੇ ਤੇ ਅੱਜ ਜਿਸ ਲੈ ਦੁਨੀਆ ਕੋਵਿਡ ਮਹਾਮਾਰੀ ਦਾ ਮੁਕਾਬਲਾ ਕਰਾ ਕਰਦੀ ਹੈ ਤਾਂ ਕੁਆਡ ਮੁਲਕ ਇੱਕ ਬਾਰੀ ਵੀ ਸਮੂਲਚੀ ਮਨੁੱਖ ਜਾਤੀ ਦੇ ਕਲਿਆਣ ਵਾਸਤੇ ਕਿੱਥੇ ਹੋਏ ਨਾ ਸ਼੍ਰੀ ਅਮਰਨਾਥ ਜੀ ਸ਼੍ਰਾਇਨ ਬੋਰਡ ਨੇ ਐਲਾਨ ਕੀਤਾ ਹੈ ਜੇ ਇਸ ਬਰੇ ਅਮਰਨਾਥ ਦੀ ਯਾਤਰਾ ਲਈ ਪंजीकरण ਕਰਵਾਈ ਚੁਕੇ ਸ਼ਰਦਾਲੂ ਆਪਣਾ ਪंजीकरण ਸ਼ੁਲਕ 1 ਅਕਤੂਬਰ 2021 ਤੋਂ 31 ਅਕਤੂਬਰ 2021 ਦੇ ਦਰਮਿਆਨ ਵਾਪਸ ਹਾਸਲ ਕਰੀ ਸਕਦੇ ਹਨ ਆਪਣਾ ਪंजीकरण ਸ਼ੁਲਕ ਵਾਪਸ ਹਾਸਲ ਕਰਨ ਦੀ ਖਾਹਿਸ਼ਮੰਦ ਸ਼ਰਦਾਲੂਏਗੀ ਲੋੜ ਜੇ ਜਿਓ ਯਾਤਰਾ ਪਰਚੀ ਜਾਰੀ ਕਰਨ ਵਾਲੀ ਬੈਂਕ ਦੀ ਸਰਬੰਧਿਤ ਸ਼ਾਖਾ ਕਨੇ ਰਾਪਤਾ ਕਰਨ રિફંડ લડી એ રકમ અર એક ਯਾત્રીકી વ્યક્તિગત ਤੌਰ પર ਅਪਰਗੇ ਜਾਰੀ ਕੀਤੀ ਜਾਗ ਤੇ ਉਹਦੀ ਬਿਨਾ ਉਪਰ ਕੁਸਾ ઓਰਗੀ ਨਹੀਂ ਦਿੱਤੀ ਜਾਗ 우ਆਂ ਸ਼ਰਦਾਲੂਆਂ ਕਾਸ਼ ਇਹ ਵਿਕਲਪ ਬੀਓਗ ਜੇ ਉਹ ਇਸ ਬਰੇਦੀ ਯਾਤਰਾ ਪਰ ਚੀਗੇ ਆਪਣੇ ਕਾਸ਼ ਰખી ਹੈ ਉਸੀ ਅਗਲੇ ਬਰੇਦੀ ਯਾਤਰਾ ਕੇ ਤਬੀ ਇਸਤੇਮਾਲ ਕਰੀ ਸਕਦੇ ਨ ਪਰ ਇਆਂ ਕਰਨੇ ਆਸਤੇ ਵੀ ઉਨੇ ਕੀ ਸਰਬੰਧਤ ਬੈਂਕ ਦੀ ਸ਼ਾਕ ਕਰਨਾ ਰਾਬਤਾ ਕਰਨਾ ਹੋਗ ਧਿਆਨ ਜੋਗ ਹੈ ਜੇ ਕੋਵਿਡ ਮਹਾਮਾਰੀ ਦੇ ਚਲਦੇ ਇਸ ਬਰੇ ਅਮਰਨਾਥ ਜੀ ਦੀ ਸਰਾਨਾ ਯਾਤਰਾ ਰੱਦ ਕਰ ਦਿੱਤੀ ਗਈ ਹੀ केंद्र सरकार पासिया जम्मू कश्मीर ते लोककेंद्र पूज्य बनाने वास्ते चलाए गए ते अभियान दे, दे तहत खाने पीने वालीं चीजें की डब्बा बंद करने संबंधी उद्योगियां ले केंद्रीय मंत्री पशुपति कुमार पारसोरें कल कश्मीर च जावौरा आले उत्कृष्टता केंद्र दा दौरा लायीए उन्नत करसाने ते उद्यमी कने تفصیلی گل بات کیتی اس موقعے پر بولدی ہوئی केंद्रीय मंत्री ओरियां आखिया जे सरकार करसाने दीं जायज मंगें की पूरा करने वास्ते वचन बज्जी दी है ਜੰਮੂ ਕਸ਼ਮੀਰ ਚ ਖਾਣੇ ਪੀਣ ਵਾਲੀਆਂ ਚੀਜ਼ਾਂ ਦੀ ਡੱਬਾ ਬੰਦ ਕਰਨੇ ਸਰਬੰਧੀ ਸੈਕਟਰ ਦੇ ਵਿਕਾਸ ਲਈ ਕੇਂਦਰ ਸਰਕਾਰ ਪਾਸਿਆ ਕੀਤੀ ਗਈ ਪਹਿਲ ਕਦਮੀਆਂ ਪਰ ਲੋਪ ਆਂਦੀ ਹੋਈ ਕੇਂਦਰੀ ਮੰਤਰੀ ਹੋਰੀਆਂ ਆਖਿਆ ਜੇ ਸਰਕਾਰ ਰਾਸ ਪੂੰਜੀ ਵਧਾਣੇ ਵਾਸਤੇ ਜੰਮੂ ਕਸ਼ਮੀਰ ਚ ਲੋਕੇ ਫੂਡ ਪਾਰਕ ਸਥਾਪਿਤ ਕਰਨੇ ਦੀਆਂ ਸੰਭਾਵਨਾਵਾਂ ਦਾ ਪਤਾ ਲਾ ਕਰਦੀ ਹੈ ਉਨੇ ਆਖਿਆ ਜੇ ਸਰਕਾਰ ਇਸ ਗੱਲ ਲਈ ਯਕੀਨੀ ਵੀ ਬਣਾਰਦੀ ਹੈ ਜੇ ਕਿਸਾਨਾਂ ਨੇ ਕੀ ਉਹਦੇ ਉਤਪਾਦਾਂ ਦੇ ਖਰੇ ਮੁੱਲ ਹਾਸਲ ਹੋਣ ਕੌਸ਼ਲ ਵਿਕਾਸ ਤੇ ਉਦਮਤਾ ਸਰਬੰਦੀ ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰ ਸ਼ੇਖਰੂ ਨੇ ਕੱਲ ਬਾਰਾਮੁਲਾ ਜ਼ਿਲ੍ਹੇ ਚ ਪੱਟਨ ਇਲਾਕੇ ਦਾ ਦੌਰਾ ਲਾਇਆ ਮੀਰ ਗੁੰਡਾਲੇ ਦਸਤਕਾਰੀ ਕਲਸਟਰ ਕਨ ਨੇ ਜੁੜੇ ਦੇ ਮਕਾਮੀ ਕਾਰੀਕਰਨ ਕਨ ਨਾਲ ਗੱਲਬਾਤ ਕੀਤੀ ਇਤਲਾਵਾ ਉਹਨੇ ਵਿਕਾਸ ਬਾਤੀ ਅਲੀ ਕਈ ਸਾਰੀ ਗਤੀਵਿਧੀਆਂ ਕੀ ਵੀ ਸ਼ੁਰੂ ਕਰਵਾਇਆ ਸੰਸਦੀ ਮਾਮਲੇ ਸਰਬੰਦੀ ਸਚਿਵ ਗਿਆਨੇਸ਼ ਕੁਮਾਰ ਹੋਰੇ ਕੱਲ ਰਾਜਪਵਨ ਸ਼੍ਰੀਨਗਰ ਚ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਹੁੰਦੇ ਨੇ ਮਲਾਟੀ ਕੀਤੀ ਉਹਨੇ ਇਸ ਦੌਰਾਨ ਬਕ ਬਕ ਮੁੱਦੇ ਸਨ ਜੰਮੂ ਕਸ਼ਮੀਰ ਦੀ ਪੰਚਾਇਤੀ ਰਾਜ ਪ੍ਰਣਾਲੀ ਬਾਰੇ ਤਫਸੀਲੀ ਚਰਚਾ ਵੀ ਕੀਤੀ ਤੁਹਾਈ 15 ਕੋਰ ਦੇ ਜੀਓਸੀ ਲੈਫਟੀਨੈਂਟ ਜਨਰਲ ਡੀਪੀ ਪਾਂਡੇ ਹੋਰੇ ਵੀ ਲੈਫਟੀਨੈਂਟ ਗਵਰਨਰ ਹੁੰਦੇ ਕਨੇ ਮਲਾਟੀ ਕੀਤੀ ਤੇ ਜੰਮੂ ਕਸ਼ਮੀਰ ਦੀ ਮੌਜੂਦਾ ਸੁਰੱਖਿਆ ਸਥਿਤੀ ਬਾਰੇ ਚਰਚਾ ਕੀਤੀ ਮੀਟਿੰਗ ਦੌਰਾਨ ਜੰਮੂ ਕਸ਼ਮੀਰ ਚ ਅੰਦਰੂਨੀ ਸੁਰੱਖਿਆ ਪ੍ਰਬੰਧਨ ਕਨੇ ਜੁੜੇ ਦੇ ਮੁੱਦੇ ਪਰ ਵੀ ਵਿਚਾਰ ਵਿਮਰਸ਼ ਕੀਤਾ ਗਿਆ ਲੈਫਟੀਨੈਂਟ ਗਵਰਨਰ ਹੋਰੇ ਜੰਮੂ ਕਸ਼ਮੀਰ ਦੇ ਲੋਕਾਂ ਲਈ ਇੱਕ ਸੁਰੱਖਿਤ ਮੌਲ ਯਕੀਨੀ ਬਣਾਉਣ ਲਈ ਫੌਜ ਦੇ ਸਸ਼ਕਤ ਜਤਨੇ ਦੀ ਸਰਾਹਨਾ ਕੀਤੀ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਪਿਛਲੇ 24 ਘੰਟੇ ਦੇ ਅੰਦਰ ਕੋਵਿਡ-19 ਦੇ 148 ਨਵੇਂ ਮਾਮਲੇ ਸਾਹਮਣੇ ਆਏ ਨ ਜਿਨ੍ਹਾਂ ਚੋਂ 28 ਮਾਮਲੇ ਜੰਮੂ ਡਿਵੀਜ਼ਨ თਮਾ ਜਿਸ ਲੇ ਕੇ 120 ਮਾਮਲੇ ਕਸ਼ਮੀਰ ਕਾਟੀਥ ਮਦਰਜ ਕੀਤੇ ਗਏ ਨ ਇਨੇ ਨਵੇਂ ਮਾਮਲਿਆਂ ਲਈ ਜਮੂ ਕਸ਼ਮੀਰ ਚ ਕੋਵਿਡ-19 ਦੇ ਅਜਿੰਤਰ ਕਰ ਸਾਹਮਣੇ ਆਏ ਦੇ ਕੁੱਲ ਮਾਮਲਿਆਂ ਦੀ ਗਿਣਤਰੀ ਵਧੀ ਹੈ 328738 ਤੱਕ ਜੈਪੁਰ ਜੀ ਹੈ ਪਿਛਲੇ 24 ਘੰਟੇ ਦੇ ਦੌਰਾਨ ਇਸ ਮਹਾਮਾਰੀ ਕਾਰਨ ਕਸ਼ਮੀਰ ਡਿਵੀਜ਼ਨ ਚ ਇੱਕ ਮਰੀਜ਼ ਦੀ ਮੌਤ ਦੀ ਵੀ ਖਬਰ ਹੈ ਜਮੂ ਕਸ਼ਮੀਰ ਚ 18 ਮਰੀਸ਼ਾ ਮਤੀ ਉਮਰੀ ਦੇ 80.52 ਫੀਸਦੀ ਲੋਕਾਂ ਕੀ ਕੋਵਿਡ ਰੋਧੀ ਟੀਕੇ ਲਾਏ ਦਿੱਤੇ ਕੇ ਦਿਨ ਭਾਰਤ ਦੀ ਆਜ਼ਾਦੀ ਦਾ 75ਵਾਂ ਬਰਸ ਸ਼ੁਰੂ ਹੋਣ ਦੇ ਸਬੰਧ ਵਿੱਚ ਆਕਾਸ਼ਵਾਣੀ ਜੰਮੂ ਦਾ ਖੇਤਰੀ ਸਮਾਚਾਰਿਕਾਂਚ ਜੰਮੂ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਸਟੂਡੈਂਟਸ ਵੈਲਫੇਅਰ ਦੇ ਸਹਿਯੋਗ ਕੰਨਾਂ ਪੇਸ਼ ਕਰਾ ਕਰਦਾ ਹੈ ਵਿਸ਼ੇਸ਼ ਪ੍ਰਸ਼ਨੋਤਰੀ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਕੁਇਜ਼ ਇੰਡੀਆ ਐਟ 75 ਇਹਦੇ ਤਹਿਤ ਹਰ ਸੋਮਵਾਰ ਐ ਬਡਲੇ ਨਉਬੀ ਵਾਲੇ ਡੋਗਰੀ ਬੁਲਟਨ ਚ ਇੱਕ ਸਵਾਲ ਪੁੱਛਿਆ ਜਾਂਦਾ ਹੈ ਜਿਹਦਾ ਜਵਾਬ ਸ਼੍ਰੋਤਾ ਸਾਡੇ ਈਮੇਲ ਐਡਰੈਸ india75quiz@gmail.com ਉੱਪਰ ਭੇਜੀ ਸਕਦੇ ਹਨ ਸਪਨੇਸ਼ਾ ਪਹਿਲੇ ਜਵਾਬ ਦੇ ਜਨਿਆਲੇ ਤਰੈ ਸ਼੍ਰੋਤਾئیں ਕਿ ਜੇਤੂ ਕੋਸ਼ਿਤ ਕੀਤਾ ਜਾਂਦਾ ਹੈ ਤੇ ਉਹਦੇ ਨਾਂ ਦਾ ਐਲਾਨ ਅਗਲੇ ਰੋਜ਼ ਮੰਗਲਵਾਰ ਬੱਦਲੇ ਵਾਲੇ ਡੋਕਰੀ ਬੁਲਟਨ ਚ ਕੀਤਾ ਜਾਂਦਾ ਹੈ ਸ਼੍ਰੋਤਾئیں ਅੱਗੇ ਅਪੀਲ ਹੈ ਜਿਉਂ ਜਵਾਬ ਦੇ ਕੰਨੇ ਆਪਣਾ ਪੂਰਾ ਪਤਾ ਵੀ ਲਿਖਨ ਤਾਂ ਕਿ ਜੇਤੂਏਂ ਕੀ ਸਰਟੀਫਿਕੇਟ ਡਾਕ ਰਾਹੀਂ ਉਹਦੇ ਕਰਹ ਤੱਕਰ ਪਛਾਹਿਆ ਜਾਇ ਸਕਨ ਸ਼੍ਰੋਤਾئیں ਅੱਗੇ ਇੱਕ ਵੀ ਅਪੀਲ ਹੈ ਜੇ ਸਰਟੀਫਿਕੇਟ ਤੋਂ ਨੇ ਪ੍ਰੰਤ ਉਹਦੇ ਕੰਨੇ ਆਪਣੀ ਇੱਕ ਸੈਲਫੀ ਖਿੱਚੀਏ ਅਸੰਗੀ ਈਮੇਲ ਦੇ ਰਾਹੀਂ ਭੇਜਨ ਤਾਂ ਕਿ ਆਸੂਸੀ ਆਪਣੇ ਸੋਸ਼ਲ ਮੀਡੀਆ ਪਰ ਅਪਲੋਡ ਕਰੀ ਸਕਚੇ ਇਹ ਖਬਰਾਂ ਉਸ ਆਕਾਸ਼ਵਾਣੀ ਜੰਮੂਤਵਾ ਸੁਨਾਉਂਦੀ ਹੋ ਔਨ ਬਾਕੀ ਦੀਆਂ ਖਬਰਾਂ ਕਰਨੇ ਪੂਨਮ ਡੋਗਰਾ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰੋਰ ਅੱਜ ਕਰਗਿਲ ਚ ਹਮ ਬਾਟਿੰਗਲਾ ਥਾਰ ਦੁਨੀਆ ਦੇ ਸਭਨੇਸ਼ਾ ਉੱਚੇ ਰੇਡੀਓ ਸਟੇਸ਼ਨ ਦੇ ਆਈ ਪਾਵਰ ਟਰਾਂਸਮਿਟਰੇ ਦਾ ਉਤ்கਾਟਨ ਕਰ ਗਿਆਨ ਆਕਾਸ਼ਵਾਣੀ ਦੇ ਸੰਵਾਦਤਾ ਦੀ ਰਿਪੋਰਟ ਮੁਜਬ ਇਹ ਇਲਾਕਾ ਸਮੁੰਦਰ ਤਲ ਤੋਂ ਥਮਾ 13300 ਫੁੱਟ ਦੀ ਉਚਾਈ ਪਰ ਸਥਿਤ ਹੈ ਦੁਨੀਆ ਦੇ ਸਬਨੇ ਸ਼ਾਮਤੀ ਉੱਚਾਈ ਵਾਲੇ ਇਲਾਕੇ 'ਚ ਸਥਿਤ ਇਹਨਾਂ ਟਰਾਂਸਮਿਟਰਾਂ ਦੇ ਉਦਘਾਟਨ ਕਰਨੇ ਪਾੜੀ ਖਿੱਤੇ ਦੇ ਰੋਣੇ ਵਾਲੇ ਲੋਕਾਂ ਦੀ ਆਕਾਸ਼ਵਾਣੀ ਤੇ ਦੂਰਦਰਸ਼ਨ ਦੀਆਂ ਬਿਹਤਰ ਸੇਵਾ ਹਾਸਲ ਹੋਗਣ। ਤੋਂ ਆ ਇਹ ਦੇਸ਼ਾ ਪਹਿਲੇ ਅਨੁਰਾਗ ਠਾਕੁਰੋ ਨੇ ਕੱਲ੍ਹ ਲੇ ਆਲੇ ਸਿੰਧੂ ਸੰਸਕ੍ਰਿਤੀ ਕੇਂਦਰ 'ਚ ਪਹਿਲੇ ਹਿਮਾਲੀਅਨ ਫਿਲਮ ਉਤਸਵ ਦਾ ਉਦਘਾਟਨ ਕੀਤਾ। ਪੰਜੇ ਦਿਨਾਂ ਦਾ ਇਹ ਉਤਸਵ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਵਾਲੇ ਸਮਰੋਹੇ ਤਾ ਕਰਾਇਆ ਜਾ ਰਿਹਾ। ਪਤਨੀ ਟਾਪ ਚ ਅੱਜ ਤੋਂ ਮਾ ਦੋ ਰੋਜ਼ਾ ਮੌਨਸੂਨ ਫੈਸਟੀਵਲ ਦੀ ਸ਼ੁਰੂਆਤ ਹੋਰ ਦੀ ਹੈ ਇਹ ਪਹਿਲੀ ਵਾਰੀ ਹੈ ਜੇ ਮੌਨਸੂਨ ਫੈਸਟੀਵਲ ਦਾ ਆਯੋਜਨ ਪਤਨੀ ਟਾਪ ਚ ਕੀਤਾ ਜਾ ਕਰਦਾ ਮਤੇਸ਼ਾ ਮਤੇਸਲਾਨੀਗੀ ਆਕਰਸ਼ਿਤ ਕਰਨ ਲਈ ਇਸ ਰਿਸਤਾ ਕੀਤਾ ਜਾਂਦਾ ਸਾਡੇ ਉਦੰਪੁਰਾਲੇ ਸੰਪਾਦਕਾ ਅਨਿਲ ਧੂਵੇ ਧੂਬੇ ਹੁੰਦੇ ਕਨੇ ਗੱਲਬਾਤ ਕਰਦੀ ਹੋਈ ਪਤਨੀ ਟਾਪ ਡਿਵੈਲਪਮੈਂਟ ਅਥਾਰਟੀ ਦੇ ਚੀਫ ਐਗਜ਼ੀਕਿਊਟਿਵ ਆਫੀਸਰ ਸ਼ੇਰ ਸਿੰਘ ਨੇ ਆਖਿਆ पत्नी टॉप के मुकाम पे मॉनसून फेस्टिवल करने का मकसद टॉप और इसके गिरदुआ और जम्मू खिते के टूरिज्म को एक्सप्लोर करना प्रोग्राम के अंदर फन गेम्स टूरिस्ट के लिए जो यूथ क्लब्स हैं उनको इन्वॉल्व किया गया है उसके अलावा हमारे जो डोगरी के नामी कलाकार हैं जिनमें रोमालू राम रिंकू मानसर वाले ये और दूसरे जो यहाँ के नामी कलाकार हैं वो परफॉर्म करेंगे कोविड के पूरे प्रोटोकॉल को जो है फॉलो किया जाएगा एंट्रेंस पॉइंट पे हेल्थ डिपार्टमेंट की तरफ से स्टॉल लगाए जाएंगे जिसमें लोगों को इसके बारे में जागृति भी दी जाएगी और इसके अलावा सैनिटाइजर मास्क और दूसरी चीजें वहां रखी गई हैं ताकि वो लोगों को मौके पर भी वहां बांटी जा सके जम्मू के रोने वाले सुचित्र शर्मा और ਬਾਈਏ ਬਰੇਨ ਦੀ ਉਮਰੇ ਚ ਆਈਏਐਸ ਦਾ ਮਤ ਧਿਆਨ ਪਾਸ ਕਰੀਏ ਪੂਰੇ ਪ੍ਰਦੇਸ਼ ਦਾ ਨਾਂ ਰੋਸ਼ਨ ਕਰੀ ਦਿੱਤਾ ਸੰਗ ਲੋਕ ਸੇਵਾ ਯੋਗ ਯੂਪੀਐਸਸੀ ਦੇ ਇਹ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਜੰਮੂ ਜ਼ਿਲ੍ਹੇ ਦੀ ਬਿਜਨਾ ਤਹਿਸੀਲ ਚ ਬੰਨੇ ਕੰਨੇ ਲਗਦੇ ਸਲੈਡ ਗਰਾਹ ਦੇ ਰੋਨੇ ਵਾਲੇ ਸੁਚਿੱਤਰ ਹੋ ਰਹੇ ਇਸ ਮਤ ਧਿਆਨ ਚ 196 ਥਾਰ ਹਾਸਲ ਕੀਤੀ ਕੁੱਲ 768 ਮੇਦਵਾਰੇ ਇਹ ਮਤ ਧਿਆਨ ਪਾਸ ਕੀਤਾ ਹੈ ਜ਼ਿਲ੍ਹਾ ਪ੍ਰਸ਼ਾਸਨ ਜੰਮੂ 26 ਸਤੰਬਰ ਸ਼ਾਮ ਜੰਮੂ ਜ਼ਿਲ੍ਹੇ ਦੇ ਸਭਨੇ ਪੰਚਾਇਤੀ ਹਲਕੇ ਚ ਗ੍ਰਾਮ ਸਭਾ ਦਾ ਆਯੋਜਨ ਕਰਨ ਜਾ ਰਿਹਾ ਹੈ ਸਾਡੇ ਸੰਵਾਦਦਾਤਾ ਨੇ ਖਬਰ ਦਿੱਤੀ ਹੈ ਜੇ ਅਸਿਸਟੈਂਟ ਕਮਿਸ਼ਨਰ ਡਿਵੈਲਪਮੈਂਟ ਜੰਮੂ ਨੇ ਆਮ ਲੋਕਾਂ ਦੀ ਦੱਸਿਆ ਜੇ ਇਹਦੇ ਲਈ ਇੱਕ ਨੋਟਿਸ ਜਾਰੀ ਕੀਤਾ ਜਾਗ ਤੇ ਇਸ ਪ੍ਰੋਗਰਾਮ ਚ ਪੰਚਾਇਤ ਸਤਰ ਦੇ ਬਕਬਕ ਜ਼ਰੂਰੀ ਮੁੱਦਿਆਂ ਪਰ ਤਫਸੀਲੀ ਚਰਚਾ ਕੀਤੀ ਜਾਗ ਉਹਨਾਂ ਕੀ ਰਚ ਖਾਸ ਖਾਸ ਖਬਰਾਂ ਇੱਕ ਵਾਰੀ ਪਰਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਅੱਜ ਨਿਊਯਾਰਕ ਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਸੰਬੋਧਿਤ ਕਰਨਗੇ श्री अमरनाथ जी श्राइन बोर्ड इस परती यात्रा ले पंजीकृत श्रद्धालुएंगी पंजीकरण फीस वापस करोग श्रद्धालु अपनी यात्रा पर्ची की अगले परती यात्रास्ते भी इस्तेमाल कर सकंगन केंद्रीय मंत्री पशुपति कुमार पारसो ने आख्या जे सरकार रस पूंजी बढ़ानेस्ते जम्मू कश्मीर च लौके फूड पार्क स्थापित करने कर दी है संभावनांदा पता लाकर दी है ਦੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰੋਰ ਅੱਜ ਕਾਰਗਿਲ ਚ ਹਮ ਬਾਟਿੰਗਲਾਥਾਰ ਦੁਨੀਆ ਦੇ ਸਭਨੇਸ਼ਾ ਉੱਚੇ ਰੇਡੀਓ ਸਟੇਸ਼ਨ ਦੇ ਹਾਈ ਪਾਵਰ ਟ੍ਰਾਂਸਮਿਟਰ ਨੇ ਦਾ ਉਦਘਾਟਨ ਕਰਨ ਹਨ ਇਹ ਦੇ ਕੰਨਿਆ ਗਿਆ ਖਬਰਿੰਦਾ ਇਹ ਬੁਲੇਟਿਨ ਸਮਾਪਤ ਹੋਇਆ